ਜਿਹੜੀ ਆ ਜੇ ਆਪਾਂ ਗੁਰਬਾਣੀ ਦੇ ਪੱਖ ਤੋਂ ਵੇਖੀਏ ਤੇ ਅਸੀਂ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਨਾਲੇ ਆਪਾਂ ਕੁਝ ਦਿਨ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੇ ਆਪਣੇ ਪੂਰੇ ਪਰਿਵਾਰ ਵਿੱਚੋਂ ਜੇ ਵੇਖੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਦੀ ਧਰਤੀ ਨੂੰ 20 ਦਸੰਬਰ 6 ਪੋਹ ਨੂੰ ਉਹ ਛੱਡਦੇ ਨੇ। ਅਤੇ ਤੁਸੀਂ ਵੇਖੋ ਵੀ ਪਰਿਵਾਰ ਦੇ ਜਦੋਂ ਵਿਛੋੜਾ ਪੈਂਦਾ ਤਿੰਨਾਂ ਹਿੱਸਿਆਂ ਵਿੱਚ ਪਰਿਵਾਰ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਇੱਕ ਵੀ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਅੰਤਲਾ ਸਮਾਂ ਨਹੀਂ ਆਉਂਦਾ। ਤੁਸੀਂ ਵੇਖੋ ਦੋ ਵੱਡੇ ਸਾਹਿਬਜ਼ਾਦੇ ਇਹ ਚਮਕੌਰ ਸਾਹਿਬ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਰਹੰਦ, ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਵਿੱਚ, ਅਤੇ ਆਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ 'ਤੇ। ਪਰ ਫਿਰ ਵੀ ਕਮਾਲ ਦੀ ਗੱਲ ਵੇਖੋ, ਚੜ੍ਹਦੀ ਕਲਾ ਦੇ ਵਿੱਚ ਆ, ਹੌਂਸਲੇ ਬੁਲੰਦ ਵਾ। ਜੇ ਪੁਰਾਣੀ ਆਪਾਂ ਹਿਸਟਰੀ ਪੜ੍ਹੀਏ, ਸਾਡੀਆਂ ਮਾਵਾਂ ਸਵਾ ਸਵਾ ਮਨ ਪੀਸਣ ਪੀਸੇ, ਉਹਨਾਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰਵਾਏ, ਗਲਾਂ ਵਿੱਚ ਹਾਰ ਪੁਆਏ, ਪਰ ਢਹਿੰਦੀ ਕਲਾ ਵਿੱਚ ਉਹ ਨਹੀਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰੀਏ, ਉਹਨਾਂ ਦੇ 4 ਸਾਲ 7 ਮਹੀਨੇ ਦੇ ਸਾਹਿਬਜ਼ਾਦੇ, ਉਹਨਾਂ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਜਾਂਦਾ ਹੈ, ਪਰ ਅਡੋਲ ਨੇ, ਚੜ੍ਹਦੀ ਕਲਾ ਵਿੱਚ ਨੇ। ਭਾਈ ਸ਼ੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚੜ੍ਹਿਆ ਜਾਂਦਾ ਹੈ, ਪਰ ਚੜ੍ਹਦੀ ਕਲਾ ਵਿੱਚ ਨੇ, ਯਾਨੀ ਕਿ ਉਹ ਢਹਿੰਦੀ ਕਲਾ ਵਿੱਚ ਨਹੀਂ ਜਾਂਦੇ। ਤੋ ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਾਂ ਜੇ ਕੋਈ ਸਾਡਾ ਵੀਰ ਭਰਾ ਇੱਦਾਂ ਸੋਚਦਾ ਵੀ ਆ, ਤਾਂ ਆਪਾਂ ਉਹਨੂੰ ਤਗੜਾ ਕਰਨਾ ਵੀ ਨਹੀਂ ਭਾਈ, ਕਿਉਂਕਿ ਅਸੀਂ ਨਹੀਂ ਚਾਹੁੰਦੇ, ਆਪਾਂ ਨਹੀਂ ਚਾਹੁੰਦੇ ਵੀ ਇੱਥੋਂ ਲਾਸ਼ਾਂ ਦੇ ਢੇਰ ਪੰਜਾਬ ਵੱਲ ਨੂੰ ਜਾਣ। ਨਹੀਂ ਭਾਈ, ਆਪਾਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਇਹਨੂੰ ਸਫਲਤਾ ਵਾਲੇ ਬੰਨੇ ਲੈ ਕੇ ਜਾਣਾ ਵਾ, ਕਿਉਂਕਿ ਸਾਡਾ ਸਾਰਿਆਂ ਦਾ ਯਤਨ ਵੀ ਹੋਣਾ ਚਾਹੀਦਾ। ਤੁਸੀਂ ਵੇਖੋ ਕਿੱਦਾਂ ਕੰਬਲ ਵੰਡੇ ਜਾ ਰਹੇ ਆ, ਕਿੱਦਾਂ ਉੱਥੇ ਹਰ ਇੱਕ ਬੰਦਾ ਜਿਹੜਾ ਵਾ ਉਹ ਆਪਣਾ ਯੋਗਦਾਨ ਪਾ ਰਿਹਾ ਇਸ ਮੋਰਚੇ ਨੂੰ ਸਫਲ ਬਣਾਉਣ ਵਿੱਚ। ਵਸਤੂਆਂ ਦੀ ਕੋਈ ਕਮੀ ਨਹੀਂ ਹੈਗੀ, ਬਸ ਆਪਣਾ ਮਨੋਬਲ ਸਾਨੂੰ ਆਪਣਾ ਉੱਚਾ ਕਰਨ ਦੀ ਜ਼ਰੂਰਤ ਹੈਗੀ ਆ। ਤੁਸੀਂ ਵੇਖੋ ਗੋਦੀ ਮੀਡੀਆ ਨੇ ਤਾਂ ਇਹ ਆਪਣਾ ਰੋਲ ਅਦਾ ਕੀਤਾ ਹੀ ਹੋਇਆ ਕਿ ਉਹਨਾਂ ਨੂੰ ਉਹਨਾਂ ਦੇ ਜੀਓ ਟਾਵਰਾਂ ਦੀ ਚਿੰਤਾ ਹੈਗੀ ਆ ਕਿ ਉੱਥੋਂ ਸਮਾਨ, ਭਾਵੇਂ ਅਸੀਂ ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ ਵੀ ਉੱਥੋਂ ਜਿਹੜਾ ਸਮਾਨ ਚੋਰੀ ਹੋ ਰਿਹਾ ਵਾ, ਕੋਈ ਜਨਰੇਟਰ ਚੋਰੀ ਕਰਕੇ ਲੈ ਕੇ ਜਾ ਰਿਹਾ, ਅਸੀਂ ਇਸ ਗੱਲ ਦੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਵੇਖੋ, ਤੁਸੀਂ ਉੱਦਾਂ ਆਪਾਂ ਦੂਜਿਆਂ ਦੀ ਸਿਮ ਲੈ ਲਈਏ, ਕੋਈ ਏਅਰਟੈਲ ਲੈ ਲਓ, ਦੂਜੀਆਂ ਕੰਪਨੀਆਂ ਦੀ ਲੈ ਲਈਏ ਆਪਾਂ, ਪਰ ਆਪਾਂ ਜਿਹੜਾ ਕਿਰਦਾਰ ਕਰੈਕਟਰ ਆਪਾਂ ਇੰਨੇ ਲੰਬੇ ਟਾਈਮ ਤੋਂ ਇਸੇ ਦਿੱਲੀ ਦੀ ਹਿੱਕ 'ਤੇ ਬੈਠ ਕੇ ਸਿਰਜਿਆ ਵਾ ਕਿ ਦੂਜੀਆਂ ਕੌਮਾਂ ਵੀ, ਤੁਸੀਂ ਵੇਖੋ ਅਜੇ ਤੱਕ ਗੋਦੀ ਮੀਡੀਆ ਨੂੰ ਵੀ ਕੋਈ ਨੁਕਸ ਨਹੀਂ ਲੱਭਿਆ ਵੀ ਉਹ ਕਿਰਦਾਰ ਦੀ ਗੱਲ ਕਰਦੇ ਆ ਵੀ ਕੋਈ ਦੁਕਾਨ ਨੂੰ ਅੱਗ ਨਹੀਂ ਲੱਗੀ, ਕੋਈ ਨਹੀਂ ਤੇ ਨਿੱਕੇ ਨਿੱਕੇ ਅੰਦੋਲਨਾਂ ਵਿੱਚ ਵੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਦਾ ਨੁਕਸਾਨ ਕੀਤਾ ਜਾਂਦਾ ਵਾ, ਪਰ ਉਹ ਨੁਕਸ ਲੱਭ ਹੀ ਨਹੀਂ ਸਕੇ। ਕਿਉਂ? ਕਿਉਂਕਿ ਬਹੁਤ ਸੋਹਣੇ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਸਾਡੇ ਸਾਰਿਆਂ ਭਰਾਵਾਂ ਨੇ ਇਸ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਵਾ। ਸਭ ਤੋਂ ਮੇਨ ਗੱਲ ਇਹ ਹੈ ਕਿ ਤੁਸੀਂ ਵੇਖੋ ਕਿ ਜੇ ਗੋਦੀ ਮੀਡੀਆ ਜਿਹੜਾ ਵਾ ਉਹ ਟਾਵਰਾਂ ਦੀ ਉਹਨੂੰ ਚਿੰਤਾ ਹੈਗੀ ਆ ਕਿ ਇਹ ਜਿਹੜੀ ਆ ਸੰਪਤੀ ਦਾ ਨੁਕਸਾਨ ਨਾ ਕੀਤਾ ਜਾਏ, ਅਤੇ ਵੇਖੋ ਉਹਨਾਂ ਨੂੰ ਜਾਨਾਂ ਦੀ ਕੋਈ ਕਦਰ ਨਹੀਂ ਹੈਗੀ, ਭਾਵੇਂ ਜਿਹੜੇ ਆ 40-50 ਤੋਂ ਉੱਪਰ ਜਿਹੜੇ ਸਾਡੇ ਜਿਹੜੇ ਆ ਨੌਜਵਾਨ ਵੀਰ ਬਜ਼ੁਰਗ ਜਿਹੜੇ ਆ ਉਹ ਸਰੀਰਕ ਤੌਰ 'ਤੇ ਸੰਸਾਰ ਤੋਂ ਅਕਾਲ ਚਲਾਣਾ ਕਰ ਚੁੱਕੇ ਆ, ਪਰਿਵਾਰਾਂ ਨੇ ਆਪਣੇ ਜੀ ਗਵਾਏ ਆ ਇਸ ਅੰਦੋਲਨ ਵਿੱਚ ਸਦਾ ਵਾਸਤੇ, ਉਹਨਾਂ ਨੇ ਇਸ ਅੰਦੋਲਨ ਵਿੱਚ ਆਪਣਾ ਨਾਮ ਲਿਖਾਤਾ ਹੈ। ਸੰਘਰਸ਼ ਵਿੱਚ ਆਉਣ ਵਾਲੀਆਂ ਜਿਹੜੀਆਂ ਨਸਲਾਂ ਪੀੜ੍ਹੀਆਂ ਯਾਦ ਕਰਨਗੀਆਂ ਜਦੋਂ ਇਸ ਅੰਦੋਲਨ ਵਿੱਚੋਂ ਸਫਲ ਹੋ ਕੇ ਇਹ ਸਾਰੇ ਵਾਪਸ ਮੁੜ